ਤੋਂ ਪਹਿਲਾਂ ਇਹਦੀ ਪ੍ਰਿਸ਼ਠਭੂਮੀ ਜਿਹੜੀ ਹੈ ਸਮਝਣੀ ਚਾਹੀਦੀ ਹੈ। ਅਸੀਂ ਲੋਕਤਾਂਤਰਿਕ ਤਰੀਕੇ ਨਾਲ ਜਲੂਸ ਕੱਢਣਾ, ਧਰਨਾ ਲਗਾਉਣਾ ਔਰ ਆਪਣੀਆਂ ਮੰਗਾਂ ਰੱਖਣਾ, ਇਹ ਹਿੰਦੁਸਤਾਨ ਦੇ ਲੋਕਤੰਤਰ ਦੀ ਖੂਬਸੂਰਤੀ ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਪੂਰਨ ਵਿਸ਼ਵਾਸ ਹੈ। ਪਹਿਲੀ ਗੱਲ ਕਿਸਾਨ ਦੇ ਅੰਦੋਲਨਕਾਰੀਆਂ ਦੇ ਵਿਚਕਾਰ, ਕਿਸਾਨ ਜਥੇਬੰਦੀਆਂ ਔਰ ਕੇਂਦਰ ਦੀ ਸਰਕਾਰ ਦੇ ਵਿਚਕਾਰ ਟੇਬਲ 'ਤੇ ਸੁਖਤ ਵਾਤਾਵਰਣ ਦੇ ਅੰਦਰ ਬਾਤਚੀਤ ਸ਼ੁਰੂ ਹੋ ਚੁੱਕੀ ਸੀ। 13 ਤਰੀਕ ਨੂੰ ਪਹਿਲਾ ਦੌਰ 7 ਘੰਟੇ ਦੀ ਗੱਲਬਾਤ ਹੋਈ ਹੈ। ਮੈਨੂੰ ਲੱਗਦਾ ਹੈ ਕਿ ਉਸ ਵੇਲੇ ਜਥੇਬੰਦੀਆਂ ਨੂੰ ਆਪਣੇ ਅੰਦੋਲਨ ਨੂੰ ਥੋੜ੍ਹੀ ਦੇਰ ਲਈ ਵਿਸ਼ਰਾਮ ਦੇਣਾ ਚਾਹੀਦਾ ਸੀ ਤਾਂ ਕਿ ਗੱਲਬਾਤ ਜਿਸ ਵਾਤਾਵਰਨ 'ਚ ਹੋਈ ਹੈ, ਉਹਨਾਂ ਨੇ ਬਾਹਰ ਆ ਕੇ ਆਪੇ ਵੀ ਚਰਚਾ ਕੀਤੀ ਕਿ ਬੜੇ ਸੁਖਤ ਵਾਤਾਵਰਨ 'ਚ ਤਿੰਨ ਮੰਤਰੀ 7 ਘੰਟੇ ਬੈਠੇ ਨੇ ਔਰ ਅਗਲਾ ਵੀ 3 ਤਰੀਕ ਨੂੰ ਉਹਨਾਂ ਨੂੰ ਸਾਦਾ ਆਇਆ ਹੋਇਆ। ਇਹ ਉਹਦੇ 'ਚ ਹੀ ਤੈਅ ਹੋਇਆ ਸੀ ਕਿ ਇੱਕ ਦੌਰ 'ਚ ਨਹੀਂ, 2 ਵਾਰੀ, 3 ਵਾਰੀ, ਜਿੰਨੇ ਵਾਰੀ ਬੈਠਣਾ ਪਏਗਾ। ਕੇਂਦਰ ਦੀ ਸਰਕਾਰ ਬੈਠਣ ਨੂੰ ਤਿਆਰ ਆ ਔਰ ਕਿਸਾਨਾਂ ਦੇ ਮਨ 'ਚ ਜਿਹੜੀਆਂ ਸ਼ੰਕਾ ਸ਼ੁਬਾ ਹੈਗੇ ਨੇ, ਜਿਹੜੀਆਂ ਉਹਨਾਂ ਦੀਆਂ ਨੂੰ ਦੂਰ ਕੀਤਾ ਜਾਏਗਾ। ਉਹਦੇ ਬਾਵਜੂਦ ਵੀ ਮੈਨੂੰ ਲੱਗਦਾ ਹੈ ਅੰਦੋਲਨ ਦਾ ਦੀ ਰੂਪ ਰੇਖਾ ਦੇ ਅੰਦਰ ਉਹਨਾਂ ਨੂੰ ਨੇ ਆਪਣੀ ਨੂੰ ਜਾਰੀ ਰੱਖਿਆ। ਲੇਕਿਨ ਹਰ ਇੱਕ, ਜਿੱਥੇ ਤੱਕ ਸਵਾਲ ਪ੍ਰਸ਼ਨ ਤੁਸੀਂ ਕੀਤਾ, ਹਰ ਇੱਕ ਸਟੇਟ ਦਾ ਦੇ ਕੋਲ ਇਨਪੁੱਟ ਰਹਿੰਦੇ ਨੇ ਔਰ ਕਿਸਾਨ, ਮੈਂ ਕੱਲ੍ਹ ਵੀ ਜਥੇਬੰਦੀਆਂ ਦੇ ਪ੍ਰਮੁੱਖਾਂ ਨੂੰ ਸਭ ਨੂੰ ਸੁਣ ਰਿਹਾ ਸੀ। ਉਹਨਾਂ ਨੇ ਕਿਹਾ ਕਿ ਜਿੱਥੇ ਸਾਨੂੰ ਰੋਕਿਆ ਜਾਏਗਾ ਅਸੀਂ ਉੱਥੇ ਹੀ ਬੈਠ ਕੇ ਆਪਣਾ ਲੋਕਤਾਂਤਰਿਕ ਤਰੀਕੇ ਨਾਲ ਅਮਨ ਔਰ ਸ਼ਾਂਤੀ ਦੇ ਨਾਲ ਧਰਨਾ ਦੇਵਾਂਗੇ। ਮੈਨੂੰ ਅੱਜ ਵੀ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ਰਾਰਤੀ ਤੱਤਵ ਜਿਹੜੇ ਪੰਜਾਬ ਦਾ ਜਾਂ ਇਸ ਦੇਸ਼ ਦਾ ਦੀ ਅਮਨ ਔਰ ਸ਼ਾਂਤੀ ਜਿਹੜੀ ਹੈ ਉਹਨੂੰ ਦੇਖਣਾ ਨਹੀਂ ਚਾਹੁੰਦੇ। ਉਹ ਲੋਕ ਇਹਨਾਂ ਐਜੂਟੇਸ਼ਨਾਂ ਦੇ ਆੜ ਦੇ ਅੰਦਰ ਇਹਦਾ ਲਾਭ ਲੈ ਕੇ ਵਾਤਾਵਰਨ ਖਰਾਬ ਕਰਦੇ ਨੇ ਔਰ ਕਿਸਾਨ, ਮੈਂ ਸਵੇਰੇ ਵੀ ਸੁਣ ਰਿਹਾ ਸੀ ਕਿ ਜਿੱਥੇ ਸਾਨੂੰ ਰੋਕਤਾ ਜਾਏਗਾ ਅਸੀਂ ਬੈਠ ਜਾਵਾਂਗੇ। ਔਰ ਅਗਰ ਕਿਸੇ ਸਰਕਾਰ ਨੇ ਉਹਨਾਂ ਨੂੰ ਰੋਕਿਆ, ਉਹਦੇ ਕੋਲ ਆਪਣਾ ਇਨਪੁੱਟ ਹੋ ਸਕਦਾ ਹੈ, ਕਰੋਨਾ ਦੀ ਮਹਾਂਮਾਰੀ ਦੇ ਕਾਰਨ ਵੀ ਹੈਗਾ ਔਰ ਉਹਨਾਂ ਨੂੰ ਆਪਣਾ ਅੰਦੋਲਨ ਉੱਥੇ ਹੀ ਸ਼ੁਰੂ ਕਰ ਦੇਣਾ ਚਾਹੀਦਾ ਸ਼ਾਂਤੀਪੂਰਵਕ। ਅੰਦੋਲਨ ਚਲਾਉਣ ਵਾਲਿਆਂ ਨੂੰ ਵੀ ਇਹ ਰਾਜਨੀਤਿਕ ਪਾਰਟੀਆਂ ਤੋਂ ਬਚਣਾ ਚਾਹੀਦਾ। ਜਦੋਂ ਵੀ ਟੇਬਲ 'ਤੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਜਦੋਂ ਤੱਕ ਉਹ ਗੱਲਬਾਤ ਦਾ ਸਿੱਟਾ ਨਹੀਂ ਨਿਕਲਦਾ ਜਾਂ ਵਾਰਤਾ ਟੁੱਟਦੀ ਨਹੀਂ ਹੈ, ਤਦ ਤੱਕ ਅੰਦੋਲਨ ਦੇ ਸਵਰੂਪ ਬਦਲਦੇ ਨੇ। ਔਰ ਕਿਸਾਨ ਯੂਨੀਅਨਾਂ ਨੂੰ ਵੀ ਆਪਣੇ ਅੰਦੋਲਨ ਦਾ ਸਰੂਪ ਬਦਲਣਾ ਚਾਹੀਦਾ ਸੀ, ਕਿਉਂਕਿ ਪਹਿਲਾ ਦੌਰ ਉਹਨਾਂ ਦੀ ਗੱਲਬਾਤ ਦਾ ਹੋ ਗਿਆ। ਉਸ ਤੋਂ ਬਾਅਦ ਆਪੇ ਉਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਬੈਠਾਂਗੇ, ਇੱਕ ਵਾਰੀ 'ਚ ਸਿੱਟੇ ਨਹੀਂ ਨਿਕਲਦੇ ਹੁੰਦੇ, ਦੂਜੀ ਵਾਰੀ ਵੀ ਬੈਠਾਂਗੇ, ਤੀਜੀ ਵਾਰੀ ਬੁਲਾਉਣਗੇ, ਤੀਜੀ ਵਾਰੀ ਕੇਂਦਰ ਸਰਕਾਰ ਤਾਂ ਬੁਲਾ ਹੀ ਰਹੀ ਹੈ ਵਾਰ ਵਾਰ। ਅਤੇ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਸਵਰੂਪ ਬਦਲਣਾ ਚਾਹੀਦਾ ਔਰ ਰਾਜਨੀਤਿਕ ਪਾਰਟੀਆਂ ਨੂੰ ਰੋਟੀਆਂ ਨਾ ਸੇਕਣ ਦੇਣ, ਐਸਾ ਵਾਤਾਵਰਨ ਪੈਂਦਾ। ਇਹ ਪੰਜਾਬ ਦੀ ਸਰਕਾਰ ਉਹ ਹੈ ਜਿਹੜੀ ਆਲਰੇਡੀ ਇਹ ਸਾਰੇ ਕਾਨੂੰਨ ਆਪਣੀ ਵਿਧਾਨ ਸਭਾ 'ਚ ਪਾਸ ਕਰ ਚੁੱਕੀ ਹੈ, ਕਰੇ ਨਾ ਉਹਨੂੰ ਰੱਦ। ਜਿਹੜਾ ਮੰਡੀ ਐਕਟ ਦੇ ਤਹਿਤ ਪ੍ਰਾਈਵੇਟ ਮੰਡੀਆਂ ਨੂੰ ਇਹਨਾਂ ਨੇ ਪਰਮਿਸ਼ਨ ਦਿੱਤੀ ਹੋਈ ਹੈ, ਜਿਹੜਾ ਬਾਕੀ ਸਾਰੇ ਸੇਮ ਉਹੀ ਕਾਨੂੰਨ ਹੈ। ਇਹ ਕਾਂਗਰਸ ਦੀ ਸਰਕਾਰ ਹੈ, ਰਾਹੁਲ ਗਾਂਧੀ ਨੂੰ ਕਹੇ ਨਾ ਮਾਫ਼ੀ ਮੰਗੇ। ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਕੀ ਹੁੰਦਾ, ਚੋਣ ਮੈਨੀਫੈਸਟੋ ਚੋਣ ਮਰੋਰ ਮੈਨੀਫੈਸਟੋ ਹੁੰਦਾ, ਜਿਹੜੇ ਮੇਰੀ ਸਰਕਾਰ ਬਣਾਓਗੇ ਤਾਂ ਮੈਂ ਉਹ ਕਰਾਂਗਾ। ਅਤੇ ਇਹਨਾਂ ਸਾਡੇ ਜਿਹੜੇ ਕਾਨੂੰਨ 3 ਆਏ ਆ ਉਹਨਾਂ 'ਚ ਅਤੇ ਉਹਦੇ 'ਚ ਕੀ ਅੰਤਰ ਹੈ, ਇਹ ਕੋਈ ਕਾਂਗਰਸ ਵਾਲਾ ਅੱਜ ਤੱਕ ਦੱਸ ਨਹੀਂ ਪਾਇਆ। ਜਾਂ ਰਾਹੁਲ ਗਾਂਧੀ ਅੱਗੇ ਵੱਧ ਕੇ ਆ ਕੇ ਕਹੇ, ਜਾਂ ਕਾਂਗਰਸ ਦੇ ਲੋਕ ਕਹਿਣ ਕਿ ਰਾਹੁਲ ਗਾਂਧੀ ਨੇ ਜਿਹੜਾ ਚੋਣ ਮੈਨੀਫੈਸਟੋ ਦੇ ਅੰਦਰ ਜਿਹੜੇ ਵਾਅਦੇ ਕੀਤੇ ਸੀ ਝੂਠੇ ਸੀ। ਇਸ ਕਰਕੇ ਕੇਵਲ ਖੋਖਲੀ ਰਾਜਨੀਤੀ ਕਰ ਰਹੇ ਨੇ। ਇਹ ਕਦੀ ਵੀ ਕਿਸਾਨ ਹਤੇਸ਼ੀ ਲੋਕ ਨਹੀਂ ਹੈ। ਕਾਂਗਰਸ ਨੇ ਕਦੀ ਵੀ ਕਿਸਾਨਾਂ ਦਾ ਹਿੱਤ ਨਹੀਂ ਕੀਤਾ। ਮੁੱਖ ਮੰਤਰੀ ਜੀ ਪਹਿਲਾਂ 90,000 ਕਰੋੜ ਰੁਪਇਆ ਮਾਫ਼ ਕਰ ਦੇਣ ਨਾ ਕਿਸਾਨਾਂ ਦਾ। ਇਸ ਕਰਕੇ ਇਹ ਕੇਵਲ ਕਿਸਾਨ ਯੂਨੀਅਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਜਾਬ ਦੇ ਅੰਦਰ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਕਮਿਊਨਿਸਟ ਨੇ, ਚਾਹੇ ਦੂਸਰੇ ਲੋਕ ਨੇ, ਉਹ ਇਹਦਾ ਨਜਾਇਜ਼ ਫਾਇਦਾ ਨਾ ਉਠਾਉਣ। ਔਰ ਇਸ ਕਰਕੇ ਵਾਰਤਾ ਚੱਲਦੇ ਹੋਏ ਅੰਦੋਲਨ ਦਾ ਸਵਰੂਪ ਬਦਲਣ ਦੀ ਗੱਲ ਆਉਂਦੀ ਹੈ ਕਿ ਸੰਕੇਤਿਕ ਰੂਪ ਦੇ ਅੰਦਰ ਅੰਦੋਲਨ ਚੱਲਦਾ ਰਹੇ ਔਰ ਗੱਲਬਾਤ ਵੀ ਚੱਲਦੀ ਰਹੇ। ਔਰ ਐਸੀ ਲਾਈਨ ਦੇ ਉੱਤੇ ਉਹਨਾਂ ਨੂੰ ਸੋਚਣਾ ਚਾਹੀਦਾ, ਇਹਦੇ ਅੰਦਰ ਹੀ ਪੰਜਾਬ ਦਾ ਭਲਾ, ਇਹ 'ਚ ਹੀ ਕਿਸਾਨਾਂ ਦਾ ਭਲਾ, ਇਹਦੇ ਨਾਲ ਹੀ ਪੰਜਾਬ ਦਾ ਅਮਨ ਔਰ ਸ਼ਾਂਤੀ ਜਿਹੜੀ ਆ ਬਣੀ ਰਹਿ ਸਕਦੀ ਹੈ। ਔਰ ਮੈਂ ਤੁਹਾਡੇ ਮਾਧਿਅਮ ਨਾਲ ਵੀ ਕਿਸਾਨਾਂ ਨੂੰ ਅਪੀਲ ਕਰਦਾ, ਤੁਹਾਡੀ ਗੱਲਬਾਤ ਦਾ ਦੌਰ ਚਾਲੂ ਹੋ ਚੁੱਕਿਆ, ਤੁਹਾਨੂੰ ਉਸ ਨਜ਼ਰੀਏ ਵੱਲ ਜਾਣਾ ਚਾਹੀਦਾ। ਔਰ ਕੇਂਦਰ ਦੀ ਸਰਕਾਰ ਦੀ ਸੰਵੇਦਨਸ਼ੀਲਤਾ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾ। ਮੈਨੂੰ ਅੱਜ ਤੱਕ ਇਤਿਹਾਸ 'ਚ ਕੱਢ ਕੇ ਦੱਸੋ ਕਿਹੜੀਆਂ ਡੈਪੂਟੇਸ਼ਨ ਦੀਆਂ ਜਿਹੜੀਆਂ ਵਾਰਤਾ 7 ਘੰਟੇ ਚੱਲੀਆਂ, 7 ਘੰਟੇ 3 ਮੰਤਰੀ, ਖੇਤੀਬਾੜੀ ਮੰਤਰੀ, ਰੇਲ ਮੰਤਰੀ, ਇੰਡਸਟਰੀ ਮਿਨਿਸਟਰ,
पीयूष गोयल बैठ रहे ने, नरेंद्र तोमर जी बैठ रहे ने, सोम प्रकाश जी बैठ रहे ने, 7 घंटे सुनिया जा रहा है। अगे भी उन्होंने 3 तरीक नु बुलाया, सब लोग जान और जितों गलबात जड़ी है उन्होंने अगे बधाना चाहिए और जो किसान के हित है वो सरकार करेगी।